ਤੁਹਾਡੀ ਸੁਣਵਾਈ ਨਾ ਹੋਈ, ਮੈਂ ਆਪਣੀ ਜਾਨ ਦਊਂਗੀ, ਮੇਰਾ ਪ੍ਰੋਮਿਸ ਮੈਂ ਆਪਣੇ ਭਰਾ ਨਾਲ। ਕੰਮ ਹੋ ਗਿਆ, ਕੰਮ ਹੋ ਗਿਆ। ਵੀਰੇ ਮੇਰਾ ਆਪਣੇ ਭਰਾ ਨਾਲ ਪ੍ਰੋਮਿਸ ਆ। ਹੋ ਗਈ ਗੱਲ ਤੇਰੀ। 3 ਮਹੀਨੇ ਹੋ ਗਏ ਆਪਣੇ ਬੱਚੇ ਨੂੰ ਵਾਸਤੇ। ਵੀਰੇ ਮੈਂ ਜੀ ਮੈਂ ਕਹਿ ਤਾ ਤੈਨੂੰ ਹੋ ਗਿਆ ਕੰਮ। ਵੀਰੇ ਪਰਸੋਂ ਪਟਿਆਲੇ ਹੀ ਮਿਲਾਂਗੇ। ਮੇਰਾ ਭਰਾ ਵੀ ਨਾਲ ਹੀ ਲੈ। ਵੀਰੇ ਆਪਣੇ ਬੱਚਿਆਂ ਦਾ ਧਿਆਨ ਰੱਖ ਲੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅੰਮ੍ਰਿਤਸਰ ਦੌਰੇ ਦੇ ਦੌਰਾਨ ਕੁਝ ਵੱਖਰੀਆਂ ਹੀ ਤਸਵੀਰਾਂ ਵੇਖਣ ਨੂੰ ਮਿਲੀਆਂ। ਦਰਅਸਲ ਇੱਥੇ ਇੱਕ ਔਰਤ ਦੇ ਵੱਲੋਂ ਟੇਬਲ ਦੇ ਉੱਤੇ ਖੜ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਦੇ ਲਈ ਜ਼ੋਰ ਜ਼ੋਰ ਦੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ। ਦੱਸਣਾ ਬਣਦਾ ਹੈ ਕਿ ਆਪਣੇ ਅੰਮ੍ਰਿਤਸਰ ਦੌਰੇ ਦੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਸੀ। ਇਸੇ ਦੌਰਾਨ ਅੰਮ੍ਰਿਤਸਰ ਦੇ ਜੋੜਾ ਫਾਟਕ ਕੋਲ ਬਣ ਰਹੇ ਰੇਲਵੇ ਅੰਡਰਬ੍ਰਿਜ ਦਾ ਜਾਇਜ਼ਾ ਲੈਣ ਪਹੁੰਚੇ ਮੁੱਖ ਮੰਤਰੀ ਚੰਨੀ ਦੇ ਵੱਲੋਂ ਜਦ ਇੱਕ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਤਾਂ ਉਸ ਰੈਲੀ ਦੇ ਵਿੱਚ ਦਰਜਾ 4 ਮੁਲਾਜ਼ਮ ਦੀ ਇੱਕ ਔਰਤ ਦੇ ਵੱਲੋਂ ਟੇਬਲ ਉੱਤੇ ਖੜ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਦੇ ਲਈ ਜ਼ੋਰ ਜ਼ੋਰ ਦੀ ਨਾਅਰੇਬਾਜ਼ੀ ਕੀਤੀ ਜਾਣ ਲੱਗ ਪਈ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਔਰਤ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਦੌਰਾਨ ਕਾਫੀ ਹੰਗਾਮਾ ਹੋਇਆ ਅਤੇ ਆਖਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸ ਔਰਤ ਨੂੰ ਮਿਲਣ ਦੇ ਲਈ ਪਹੁੰਚੇ। ਤੁਹਾਡੀ ਸੁਣਵਾਈ ਨਾ ਹੋਈ, ਮੈਂ ਆਪਣੀ ਜਾਨ ਦਊਂਗੀ, ਮੇਰਾ ਪ੍ਰੋਮਿਸ ਮੈਂ ਆਪਣੇ ਭਰਾ ਨਾਲ। ਕੰਮ ਹੋ ਗਿਆ, ਕੰਮ ਹੋ ਗਿਆ। ਵੀਰੇ ਮੇਰਾ ਆਪਣੇ ਭਰਾ ਨਾਲ ਪ੍ਰੋਮਿਸ ਆ। ਹੋ ਗਈ ਗੱਲ ਤੇਰੀ। 3 ਮਹੀਨੇ ਹੋ ਗਏ ਆਪਣੇ ਬੱਚੇ ਨੂੰ ਵਾਸਤੇ। ਵੀਰੇ ਭੈਣ ਜੀ ਮੈਂ ਕਹਿ ਤਾ ਤੈਨੂੰ ਹੋ ਗਿਆ ਕੰਮ। ਵੀਰੇ ਪਰਸੋਂ ਪਟਿਆਲੇ ਹੀ ਮਿਲਾਂਗੇ। ਮੇਰਾ ਭਰਾ ਵੀ ਨਾਲ ਹੀ ਲੈ। ਵੀਰੇ ਆਪਣੇ ਬੱਚਿਆਂ ਦਾ ਧਿਆਨ ਰੱਖ ਲੈ। ਅਸੀਂ ਕੋਵਿਡ ਦੌਰਾਨ 2020 ਚ ਆਪਣੀਆਂ ਜਾਨਾਂ ਦੇ ਖੇਡ ਕੇ ਕੋਵਿਡ ਦੌਰਾਨ ਅਸੀਂ ਡਿਊਟੀਆਂ ਕੀਤੀਆਂ। ਮੈਂ ਇੱਕ ਕਲਾਸ 4 ਆ, ਦਰਜਾ 4 ਮੁਲਾਜ਼ਮ ਸਰ, ਹੈਲਥ ਡਿਪਾਰਟਮੈਂਟ 'ਚ, ਗੁਰੂ ਨਾਨਕ ਹੋਸਪਿਟਲ ਅੰਮ੍ਰਿਤਸਰ। ਸਰ ਅਸੀਂ ਲੇਡੀਜ਼ 2-2 2:30 ਵਜੇ ਡੈੱਡ ਬੋਡੀਆਂ ਪੈਕ ਕਰਕੇ ਮੋਰਚਰੀ 'ਚ ਛੱਡਣ ਜਾਂਦੇ ਹੁੰਦੇ ਸੀ। ਸਰ ਮੇਰਾ ਨਾਂ ਕੁਲਦੀਪ ਕੌਰ ਆ, ਮੈਂ ਇੱਥੋਂ ਨਿਜ਼ਾਮਪੁਰ ਪਿੰਡ ਮਹਿਤਾ ਰੋਡ ਦੀ ਰਹਿਣ ਵਾਲੀ ਹਾਂ। ਸਰ ਪੂਰੇ 1.5 ਸਾਲ ਦਰਜਾ 4 ਮੁਲਾਜ਼ਮ ਅਸੀਂ ਕੋਵਿਡ ਦੌਰਾਨ ਕੰਮ ਕੀਤਾ। ਸਰ ਮੇਰਾ ਨਾਂ ਕੁਲਦੀਪ ਕੌਰ, ਦਰਜਾ 4 ਮੁਲਾਜ਼ਮ। ਸਰ ਸਰ ਮਿਲੇ ਨੇ ਤੁਹਾਡੇ ਸਾਹਮਣੇ ਸਭ ਦੇ ਭਰਾਵਾਂ ਦੇ, ਉਹਨਾਂ ਨੇ ਕਿਹਾ ਭੈਣੇ ਤੇਰਾ ਕੰਮ ਹੋ ਗਿਆ। ਹੁਣ ਸਰ ਮੇਰੀ ਡਿਮਾਂਡ ਸਾਨੂੰ ਰੈਗੂਲਰ ਕੀਤਾ ਜਾਵੇ। ਸਰ ਦੇਖੋ ਇਹਨਾਂ ਨੇ ਵਾਰਡ ਅਟੈਂਡੈਂਟ ਦੀਆਂ ਪੋਸਟਾਂ ਕੱਢਤੀਆਂ 800, ਕਿਹੜੀ ਯੋਗਤਾ ਲੱਭਦੇ ਪੇਪਰਾਂ 'ਚ? ਸਾਡੇ 'ਚ ਯੋਗਤਾ ਹੈਗੀ? ਅਸੀਂ ਜਨਾਨੀਆਂ ਹੋ ਕੇ 2:30 ਵਜੇ ਤੱਕ ਮੋਰਚਰੀ 'ਚ ਡੈੱਡ ਬੋਡੀਆਂ ਛੱਡਣ ਜਾਂਦੇ ਰਹੇ। ਜਦੋਂ ਇਹਨਾਂ ਦੇ ਰਿਸ਼ਤੇਦਾਰ ਮੰਤਰੀਆਂ ਦੇ ਆਉਂਦੇ ਸੀ ਨਾ, ਉਦੋਂ ਅਸੀਂ ਜਾ ਕੇ ਇਹਨਾਂ ਦੇ ਰਿਸ਼ਤੇਦਾਰਾਂ ਦੇ ਸਿਰਹਾਣੇ ਬਹਿ ਬਹਿ ਕੇ ਉਹਨਾਂ ਦੀ ਸੇਵਾ ਕੀਤੀ। ਅੱਜ ਇਹ ਰੌਣਕਾਂ ਸ਼ਹਿਰ ਦੇ ਵਿੱਚ ਲੱਗੀਆਂ। ਸਾਡੀ ਬਦੌਲਤ ਕਲਾਸ 4 ਦੇ ਜਦੋਂ ਕੋਈ ਕਰੋਨਾ ਪੋਜ਼ਿਟਿਵ ਆਉਂਦੇ ਸੀ ਨਾ, ਆਪਾਂ ਐਂਬੂਲੈਂਸ 'ਚ ਉਤਾਰ ਕੇ ਲਿਆਉਂਦੇ ਸੀ। ਉਹਨਾਂ ਦੇ ਡੈੱਡ ਮਤਲਬ ਉਹਨਾਂ ਦੇ ਕੱਪੜੇ ਚੇਂਜ ਕਰਨੇ, ਉਹਨਾਂ ਦੇ ਡਾਇਪਰ ਤੱਕ ਚੇਂਜ ਕੀਤੇ, ਉਹਨਾਂ ਨੂੰ ਖਾਣਾ ਖਿਲਾਇਆ। ਉਹਨਾਂ ਵਾਸਤੇ ਕਿਹੜਾ ਕੰਮ ਜਿਹੜਾ ਨਹੀਂ ਕਰਦੇ? ਜਦੋਂ ਬੰਦਾ ਡੈੱਡ ਹੋ ਜਾਂਦਾ ਸੀ ਨਾ, ਉਦੋਂ ਉਹਦੀ ਡੈੱਡ ਬੋਡੀ ਨੂੰ ਕਲੀਨ ਕਰਨਾ, ਉਹਨੂੰ ਕਰੋਨਾ ਯੋਧਿਆਂ ਦੇ ਤਹਿਤ ਕੰਮ ਕੀਤਾ ਵਾ, ਤੇ ਤੁਸੀਂ ਤੁਹਾਡੀ ਡਿਮਾਂਡ ਸੀ ਕਿ ਪੱਕੇ ਕੀਤਾ ਜਾਵੇ। ਸੀਐਮ ਸਾਹਿਬ ਨੇ ਤੁਹਾਨੂੰ ਕੀ ਕਿਹਾ ਵਾ? ਸਰ ਸੀਐਮ ਸਾਹਿਬ ਤੁਹਾਡੇ ਸਾਹਮਣੇ ਕਹਿ ਕੇ ਗਏ ਭੈਣੇ ਤੇਰਾ ਕੰਮ ਹੋ ਗਿਆ। ਸਰ ਡਾਕਟਰ ਰਾਜ ਕੁਮਾਰ ਵੇਰਕਾ ਦੇ 1 ਮਹੀਨੇ ਤੋਂ ਸਾਡਾ ਮੋਰਚਾ ਪੱਕਾ ਲੱਗਿਆ ਪਿਆ, ਹੁਣ ਵੀ ਜਾ ਕੇ ਦੇਖ ਲਓ। ਸਰ ਸਾਨੂੰ ਡਾਕਟਰ ਰਾਜ ਕੁਮਾਰ ਵਰਬਲੀ ਕਹੀ ਜਾ ਰਹੇ ਆ। ਜਦੋਂ ਕਹਿੰਦੇ ਵਰਬਲੀ ਕਹਿੰਦੇ, ਸਾਨੂੰ ਰਿਟਨ 'ਚ ਨਹੀਂ ਕੁਛ ਦਿੰਦੇ। ਜਦੋਂ ਇਹ ਕਹਿ ਦਿੰਦੇ ਜਾ ਕੇ ਗੁਰੂ ਨਾਨਕ ਹੋਸਪਿਟਲ। ਸਰ ਮੈਂ ਤਾਂ ਆਪਣੇ ਵੀਰ ਨੂੰ ਮਿਲਣ ਦੀ ਬੜੇ ਦੇਰ ਦੀ ਚਾਹ ਵਾਣੀ, ਪਰ ਇਤਰਾ ਮਿਲੂੰਗੀ ਮੈਨੂੰ ਨਹੀਂ ਪਤਾ। ਮੈਂ ਤਾਂ ਉਹਨਾਂ ਨੂੰ ਚਾਹ ਨਾ ਮਿਲਣਾ ਸੀ, ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਵਾਸਤੇ ਗਿਫਟ ਲੈ ਕੇ ਆਉਂਦੀ, ਪਰ ਮੈਨੂੰ ਨਹੀਂ ਪਤਾ ਇਹੋ ਜਿਹੀ ਸਿਚੁਏਸ਼ਨ 'ਚ ਪਹਿਲਾਂ ਇਹਨਾਂ ਨੇ ਸਰ
ਸਾਨੂੰ ਗੁੰਮਰਾਹ ਕੀਤਾ ਗਿਆ। ਕਹਿੰਦੇ 4:15 ਉੱਥੇ ਆਓ, ਤੁਹਾਡੀ ਮੀਟਿੰਗ ਕਰਾਉਣੇ ਰਣਜੀਤ ਐਵਨਿਊ। ਸਰ ਅਸੀਂ 3:30 ਦੇ ਭੁੱਖੇ 'ਤੇ ਜਾ ਕੇ ਉੱਥੇ ਬੈਠੇ, DSP ਨੇ ਸਾਨੂੰ ਬਾਹਰੇ ਰੋਕਤਾ, ਸਾਨੂੰ ਅੱਗੇ ਨਹੀਂ ਜਾਣ ਦਿੱਤਾ। ਕਹਿੰਦੇ ਹੁਣ ਮਿਲਾਨੇ ਸਾਡੇ ਸਰ 176 ਮੁਲਾਜ਼ਮ ਆ, ਨਰਸਿੰਗ ਸਟਾਫ ਆ, ਪੈਰਾਮੈਡੀਕਲ ਸਟਾਫ ਨਾਲ ਲੈਬ ਵਾਲੇ ਵੀ ਨੇ। ਸਰ ਮੇਰੀ ਇੱਕ ਭੈਣ ਆਈ, ਅਸੀਂ ਦੋਵੇਂ ਭੈਣਾਂ ਆਈਆਂ ਵਾਂ, ਆਪਣੇ ਵੀਰ ਨੂੰ ਮਿਲਣਾ ਇਹ ਇਕੱਠੋ ਕੇ, ਆਪਣੇ ਭਰਾ ਕੋਲ ਭੈਣ ਰੱਖੜੀ ਦਾ ਅਧਿਕਾਰ ਉਹਨੂੰ ਮੰਗਣ ਦਾ ਹੈਗਾ, ਅਸੀਂ ਆਪਣੇ ਵੀਰ ਕੋਲੋਂ ਮੰਗਣਾ। ਸਰ ਮੇਰਾ ਨਾਮ ਕੁਲਦੀਪ ਕੌਰ, ਦਰਜਾ 4 ਮੁਲਾਜ਼ਮ, ਗੁਰੂ ਨਾਨਕ ਹੋਸਪਿਟਲ ਅੰਮ੍ਰਿਤਸਰ। ਪੜ੍ਹਾਈ 'ਚ ਦਿਲ ਲੱਗਦਾ ਸੀ, ਨੰਬਰ ਚੰਗੇ ਆਉਂਦੇ ਸੀ, SC ਖੋਟੀ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੋ ਮਿਲਦੀ ਸੀ। ਬਾਪੂ ਮਜ਼ਦੂਰੀ ਕਰਦਾ, ਬੇਬੇ ਨੂੰ ਮਸਾਂ ਹੀ ਘਰਾਂ 'ਚ ਕੰਮ ਮਿਲਦਾ, ਪਰ ਮੈਂ ਖੁਸ਼ ਸੀ, 10th 'ਚ ਸਾਈਕਲ ਮਿਲੂਗੀ ਅਤੇ ਪੋਸਟ ਮੈਟ੍ਰਿਕ SC ਵਜ਼ੀਫਾ ਵੀ। ਲੰਬੜਦਾਰਾਂ ਦੀ ਰਾਣੋ ਵਾਂਗ ਇੰਜੀਨੀਅਰ ਬਣਾਂਗੀ। ਪਰ ਸੁਪਨੇ ਸੁਪਨੇ ਹੀ ਰਹਿ ਗਏ, ਸਕਾਲਰਸ਼ਿਪ ਬੰਦ ਹੋ ਗਈ, ਸਕੂਲ ਛੁੱਟ ਗਿਆ, ਸਾਈਕਲ ਮਿਲੀ ਕੋਈ ਨਾ ਅਤੇ ਫੀਸ ਹੈ ਨਹੀਂ। ਹੁਣ ਮਾਂ ਨਾਲ ਘਰਾਂ 'ਚ ਕੰਮ ਕਰਨ ਜਾਂਦੀ ਹਾਂ, ਆ ਦਿੱਤਾ ਮੈਨੂੰ ਇਸ ਸਰਕਾਰ ਨੇ, ਹੁਣ ਨਹੀਂ। ਮੈਂ ਕਹਿ ਦਿੱਤਾ ਬਾਪੂ ਬੇਬੇ ਨੂੰ, ਐਤਕੀ ਸਬਕ ਸਿਖਾਉਣਾ ਹੈ, ਵੋਟ ਪਾਉਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ।